ਬਟਾਲਾ ਵਿਖੇ ਕੱਲ ਜੋ ਹਾਦਸਾ ਹੋਇਆ ਹੈ, ਪਟਾਕਾ ਫੈਕਟਰੀ ਦੇ ਵਿੱਚ ਧਮਾਕੇ ਹੋਣ ਨਾਲ ਅਣਗਿਣਤ ਲੋਕ ਮਰੇ ਹਨ। ਪ੍ਰਸ਼ਾਸਨ ਤੇ ਗਿਣਤੀ 23-24 ਦੱਸ ਰਿਹਾ ਹੈ, ਪਰ ਕਹਿਣ ਵਾਲੇ ਦੱਸ ਰਹੇ ਹਨ ਕਿ ਜ਼ਿਆਦਾ ਹੈ। ਇਹ ਜੋ ਹਾਦਸਾ ਹੋਣ ਦੇ ਬਾਅਦ 'ਚ ਮਰੀਜ਼ ਦੇ ਲਾਸ਼ਾਂ ਵੱਖ ਵੱਖ ਹਸਪਤਾਲਾਂ ਦੇ ਨਾਲ ਸਿਵਲ ਹਸਪਤਾਲ ਬਟਾਲਾ ਵੀ ਲਿਆਂਦੀਆਂ ਗਈਆਂ। ਇਸ ਵੇਲੇ ਸਿਵਲ ਹਸਪਤਾਲ ਬਟਾਲਾ ਵਿੱਚ DC ਗੁਰਦਾਸਪੁਰ, SDM ਬਟਾਲਾ, SSP ਬਟਾਲਾ, DSP ਬਟਾਲਾ ਅਤੇ ਹੋਰ ਅਧਿਕਾਰੀ ਇੱਥੇ ਹਾਜ਼ਰ ਹਨ। ਲੀਡਰ ਆ ਰਹੇ ਹਨ, ਜਾ ਰਹੇ ਹਨ। ਤੁਸੀਂ ਆਹ ਸਾਫ਼ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਜਿਹੜੀ ਐਮਰਜੈਂਸੀ ਦੇ ਵਿੱਚ ਪਾਰਕਿੰਗ ਹੈ ਐਮਰਜੈਂਸੀ ਵਹੀਕਲਾਂ ਲਈ, ਉੱਥੇ DC ਦੀ ਵੀ ਗੱਡੀ ਹੈ, SSP ਦੀ ਵੀ ਗੱਡੀ ਹੈ, ਹੋਰ ਵੀ ਗੱਡੀਆਂ ਪਾਰਕ ਹਨ। SSP ਸਾਹਿਬ ਨਾਲ ਗੱਲ ਕਰਨ ਦੇ ਬਾਅਦ 'ਚ ਇੱਕ ਵਾਰੀ ਜਗ੍ਹਾ ਨੂੰ ਖਾਲੀ ਕਰਾ ਲਿਆ ਗਿਆ ਹੈ, ਪਰ ਦੁਬਾਰਾ 10 ਮਿੰਟ ਬਾਅਦ ਫਿਰ ਉਹੀ ਹਾਲ ਹੋ ਗਿਆ ਹੈ, ਕਿਉਂਕਿ ਕਿਸੇ ਮੁਲਾਜ਼ਮ ਦੀ ਡਿਊਟੀ ਨਹੀਂ ਲਾਈ ਗਈ ਕਿ ਜਿਹੜੀਆਂ ਗੱਡੀਆਂ ਲੀਡਰਾਂ ਦੀਆਂ ਜਾਂ ਪੁਲਿਸ ਪ੍ਰਸ਼ਾਸਨ ਦੀਆਂ ਆ ਰਹੀਆਂ ਨੇ ਉਹਨਾਂ ਨੂੰ ਪਾਸੇ ਲਵਾਇਆ ਜਾਵੇ। ਇਸ ਤਰ੍ਹਾਂ ਹੀ ਇੰਦਰਬੀਰ ਰੰਧਾਵਾ ਜੋ ਅਕਾਲੀ ਲੀਡਰ ਹਨ, ਉਹ ਵੀ ਪਤਾ ਲੈਣ ਆਏ। ਉਹਨਾਂ ਦੇ ਡਰਾਈਵਰਾਂ ਨੇ ਅੱਗੋਂ ਬਹਿਸ ਕੀਤੀ, ਇਹ ਤਾਂ ਰੰਧਾਵਾ ਸਾਹਿਬ ਦੀ ਗੱਡੀ ਹੈ, ਇਹ ਪਾਸੇ ਨਹੀਂ ਹੋ ਸਕਦੀ, ਉਹਨਾਂ ਐਮਰਜੈਂਸੀ 'ਚ ਅੜੇ ਰਹੇ ਹਨ। DC ਸਾਹਿਬ ਦੀ ਗੱਡੀ ਜੋ ਇੱਕ ਵਾਰੀ ਪਾਸੇ ਹੋ ਗਈ ਸੀ, ਉਹ ਵੀ ਦੁਬਾਰਾ ਲਿਆ ਕੇ ਉੱਥੇ ਖੜੀ ਕਰ ਦਿੱਤੀ ਗਈ। ਇਸ ਤਰ੍ਹਾਂ ਸਿਮਰਜੀਤ ਸਿੰਘ ਬੈਂਸ ਲੁਧਿਆਣਾ ਤੋਂ ਆਏ, ਉਹਨਾਂ ਦੇ ਡਰਾਈਵਰ ਨੂੰ ਕਿਹਾ ਗਿਆ ਕਿ ਇਹ ਗੱਡੀਆਂ ਇੱਥੋਂ ਪਾਸੇ ਕਰ ਲਓ ਐਮਰਜੈਂਸੀ ਦੀ ਪਾਰਕਿੰਗ 'ਚੋਂ। ਉਹ ਅੱਗੋਂ ਮੀਡੀਆ ਨਾਲ ਆਕੜਦੇ ਰਹੇ, ਪਰ ਜਦੋਂ ਸਿਮਰਜੀਤ ਸਿੰਘ ਬੈਂਸ ਨਾਲ ਇਸ ਬਾਰੇ ਗੱਲ ਕੀਤੀ, ਉਹਨਾਂ 1 ਮਿੰਟ ਦੇ ਵਿੱਚੋਂ ਉੱਥੋਂ ਗੱਡੀਆਂ ਪਾਸੇ ਕਰਵਾਈਆਂ। ਉਸ ਦੇ ਬਾਅਦ MP ਸੰਨੀ ਦਿਓਲ ਜਦੋਂ ਆਏ ਨੇ, ਉਹਨਾਂ ਦੇ ਨਾਲ ਇੰਨੀਆਂ ਕੁ ਅਣਗਿਣਤ ਗੱਡੀਆਂ BJP ਦੀਆਂ ਆਈਆਂ ਨੇ ਕਿ ਹਸਪਤਾਲ ਜੋ ਹੈ ਉਹ ਸੀਲ ਹੋ ਕੇ ਰਹਿ ਗਿਆ। ਉੱਧਰੋਂ ਗੁਰੂ ਨਾਨਕ ਦੇਵ ਜੀ ਦੇ ਵਿਆਹ ਦਾ ਪੁਰਬ ਮਨਾਇਆ ਜਾ ਰਿਹਾ ਹੈ ਅਤੇ ਅਣਗਿਣਤ ਹਜ਼ਾਰਾਂ ਦੇ ਹਿਸਾਬ ਨਾਲ ਸੰਗਤਾਂ ਨੇ, ਅਤੇ ਕੋਈ ਵੀ ਹਾਦਸਾ ਪਿਛਲੇ ਸਾਲ ਅੱਗੋਂ ਕੋਈ ਵਾਪਰ ਜੇ ਜਾਂ ਕੋਈ ਬਿਮਾਰ ਹੋ ਜੇ ਜਾਂ ਕੋਈ ਗੱਲ ਹੋ ਜੇ, ਆ ਦੇਖ ਲਓ ਕੋਈ ਵੀ ਐਂਬੂਲੈਂਸ ਐਮਰਜੈਂਸੀ ਤੱਕ ਨਹੀਂ ਪਹੁੰਚ ਸਕਦੀ। ਕੀ ਇਹ ਲੀਡਰ ਮੌਕੇ 'ਤੇ ਪਤਾ ਲੈਣ ਆਉਂਦੇ ਹਨ ਅਤੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਜਾਂ ਪ੍ਰਸ਼ਾਸਨ ਨੂੰ ਇਹ ਨਹੀਂ ਪਤਾ ਲੱਗਦਾ ਕਿ ਐਮਰਜੈਂਸੀ ਨੂੰ ਜਿਹੜਾ ਰਸਤਾ ਜਾਂਦਾ ਹੈ ਉਹਦੇ ਵਿੱਚ ਸਿਰਫ ਐਮਰਜੈਂਸੀ ਮਰੀਜ਼ ਹੀ ਲਿਆਂਦੇ ਜਾਂਦੇ ਹਨ? ਮੀਡੀਆ ਦਾ ਕੈਮਰਾ ਦੇਖ ਕੇ ਕੁਛ ਦੇਰ ਲਈ ਪੁਲਿਸ ਮੁਲਾਜ਼ਮ ਐਕਟਿਵ ਹੋਏ, ਉਹਦੇ ਬਾਅਦ 'ਚ ਫਿਰ ਉਹੀ ਹਾਲ ਹੋ ਗਿਆ। ਹੁਣ ਇਹ ਸੋਚਿਆ ਜਾਣਾ ਜ਼ਰੂਰੀ ਹੈ ਕਿ ਦੋਸ਼ੀ ਕੌਣ ਹੈ। ਉੱਧਰੋਂ ਲੀਡਰਾਂ ਨੂੰ ਵੀ ਚਾਹੀਦਾ ਹੈ ਕਿ ਜਦੋਂ ਉਹ ਜਾਂਦੇ ਹਨ ਕਿਸੇ ਦਾ ਪਤਾ ਲੈਣ ਹਸਪਤਾਲਾਂ ਵਿੱਚ, ਉਹਨਾਂ ਨੂੰ ਸੋਚਣਾ ਚਾਹੀਦਾ ਕਿ ਐਮਰਜੈਂਸੀ ਦੇ ਰਸਤਾ ਬਲਾਕ ਨਾ ਕਰੀਏ। ਇੰਡੀਆ ਕ੍ਰਾਈਮ ਨਿਊਜ਼। ਜ਼ੁਲਮ ਕੇ